ਅੰਜੀ ਕਿਤਾ ਸਾਰੇ ਸਾਰੇ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਦੇਖੋ ਜੀ ਮੋਦੀ ਕਹਿੰਦਾ ਸੀ ਕਾਲਾ ਧਨ ਲੈ ਕੇ ਆਉਣਾ ਬਾਬਾ ਰਾਮ ਦੇ ਵੀ ਰੌਲਾ ਪਾਉਂਦਾ ਸੀ ਤੇ ਦੇਖ ਸਕਦੇ ਆ ਜੀ ਪਿਛਲੇ 13 ਸਾਲ ਚ ਸਭ ਤੋਂ ਜ਼ਿਆਦਾ ਇੰਡੀਅਨ ਲੋਕਾਂ ਦੇ ਪੈਸੇ ਸਵਿਫ ਬੈਂਕਾਂ ਚ ਹੋਏ ਆ ਪਿਛਲੇ ਹਾਈਐਸਟ 13 ਇਅਰਸ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਦੇਖ ਸਕਦੇ ਆ ਜੀ ਪਿਛਲੇ 13 ਸਾਲਾਂ ਤੋਂ ਸਭ ਤੋਂ ਜ਼ਿਆਦਾ ਮਨੀਸ਼ ਵੈਸਵੈਂਕਾ ਚ ਭਾਰਤੀ ਲੋਕਾਂ ਦੀ ਹੋਈ ਆ ਇਹ ਚੀਜ਼ਾਂ ਹੁਣ ਸਾਰਿਆਂ ਨੂੰ ਦਿਖਾਇਓ ਤੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦੇ ਪਰਦੇ ਫਾਸ਼ ਕਰਦੇ ਆ ਇਸ ਵੀਡੀਓ ਚ ਬਹੁਤ ਵਧੀਆ ਤੱਥ ਹੈ ਚਲਦੀ ਚਲਦੀ ਸ਼ੇਅਰ ਕਰ ਦਿਓ ਸਾਰੇ ਪਾਸੇ ਸਾਰਿਆਂ ਨੂੰ ਪਤਾ ਲੱਗੇ ਕਰਦੇ ਕੀ ਆ ਹਨਾ ਤੇ ਇਧਰੋਂ ਹਿੰਦੀ ਚ ਸਵਾਲ ਪੇਜ ਤੇ ਵੀ ਸ਼ੇਅਰ ਕਰ ਦਮਾ ਇੱਕ ਸਕੰਡ ਰੁਕ ਜਾਓ ਤੇ ਤਸਵੀਰ ਫਿਰ ਚੇਂਜ ਕਰਦੇ ਆ ਹਨਾ ਤੇ ਇੱਕ ਸਕੰਡ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਇਸ ਸਵਿਟਜ਼ਰਲੈਂਡ ਦਾ ਝੰਡਾ ਹੈ ਜੀ ਰੈੱਡ ਕਰਾਸ ਆ ਰਗਾ ਕਿਉਂਕਿ ਰੈੱਡ ਕਰਾਸ ਦੀ ਸਥਾਪਨਾ ਸਵਿਟਜ਼ਰਲੈਂਡ ਚ ਹੋਈ ਸੀ ਪਰ ਇੱਕ ਗੱਲ ਪੰਜਾਬੀਓ ਆਪਣੇ ਇਤਿਹਾਸ ਅਚ ਬੜਾ ਕੁਝ ਆ ਹਨ ਦੇ ਭਾਈ ਕਨਈਆ ਜੀ ਦਾ ਕਿਸੇ ਨੂੰ ਨਹੀਂ ਪਤਾ ਪਰਦੇਸਾਂ 'ਚ ਦੇ ਇਹਨਾਂ ਦੀ ਰੈੱਡ ਕਰਾਸ ਸਾਰੀ ਦੁਨੀਆ 'ਚ ਮਸ਼ਹੂਰ ਕਰਤੀ ਗੋਰੀਆ ਨੇ ਕਿਉਂਕਿ ਮਿੱਤਰੋ ਆਪਾਂ ਆਪਣਾ ਇਤਿਹਾਸ ਭੁੱਲ ਚੁੱਕੇ ਆ ਚਲੋ ਗਾਹ ਦਿਖਾਉਣੇ ਤੁਹਾਨੂੰ ਤੇ ਲਓ ਜੀ ਮੋਦੀ ਕੀ ਕਹਿੰਦਾ ਸੀ ਮੋਦੀ ਕਹਿੰਦਾ ਸੀ ਐਵਰੀ ਚਾਈਲਡ ਇਨ ਇੰਡੀਆ 노ਸ ਵੇਅ ਦੇਅਰ ਬਲੈਕ ਮਨੀ ਇਜ਼ ਕੈਪਟ ਦੇਖ ਸਕਦੇ ਆ ਜੀ 22 ਦਸੰਬਰ 13 ਦੀ ਪੋਸਟ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਇੰਡੀਆ ਦੇ ਬੱਚੇ ਬੱਚੇ ਨੂੰ ਪਤਾ ਪਈ ਕਾਲਾ ਧਨ ਕਿੱਥੇ ਆ ਸਵਿਸ ਬੈਂਕ ਚ ਆ ਤੇ ਹੁਣ ਦੇਖ ਲਓ ਤੁਸੀਂ 2021 ਚ ਇਹਨਾਂ ਦੀ ਸਰਕਾਰ ਵੇਲੇ ਜੋ ਉਹ ਧਾਨਿਆ ਜੀ ਮਨੀ ਆ ਸਭ ਤੋਂ ਜ਼ਿਆਦਾ ਭਾਰਤੀ ਲੋਕਾਂ ਦੀ ਸਵਿਸ ਬੈਂਕ ਚ ਹੋਈ ਆ ਬਾਈ ਜੀ ਇਹਨਾਂ ਦੀ ਕਹਿਣੀ ਤੇ ਕਰਨੀ ਚ ਬਹੁਤ ਹੀ ਜ਼ਿਆਦਾ ਮੀਲਾ ਨਹੀਂ ਮਿਲੀਅਨਾਂ 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 ਬਿਲੀਅਨਾਂ ਉਹਦਾ ਫਰਕ ਆ ਤੇ ਦੇਖ ਲਓ ਜੀ ਅਡਾਨੀ ਦੀ ਇੱਕ ਅੱਤ ਇਸੇ ਕਰਕੇ ਸਾਰਾ ਕੁਝ ਕਾਰਪੋਰੇਟ ਨੂੰ ਦੇ ਰਿਹਾ ਤੁਸੀਂ ਦੇਖ ਸਕਦੇ ਆ 200 ਰੁਪਏ ਦਾ ਅਡਾਨੀਆਂ ਦਾ ਸਰੋਂ ਦਾ ਤੇਲ ਵਿਕ ਰਿਹਾ ਜੀ 200 ਰੁਪਏ ਦਾ Amazon.in ਤੇ ਹਨਾ ਭਾਰਤ ਵਾਲੀ Amazon ਤੇ Fortune Premium ਕੱਚੀ ਗਣੀ ਪਿਓਰ ਮਸਟਰਡ ਆਇਲ ਸਰੋਂ ਦਾ ਤੇਲ 200 ਰੁਪਏ ਦਾ ਅਡਾਨੀ ਵੇਚ ਰਿਹਾ Amazon ਤੇ ਦੇਖੋ ਜੀ ਇਹ ਸਾਨੂੰ ਆਮ ਕਿਸਾਨਾਂ ਨੂੰ ਲੁੱਟ ਕੇ ਹਨਾ ਭਈ ਤੁਸੀਂ 200 ਰੁਪਏ ਦਾ ਤੇਲ ਯਾਰ ਵੱਲੇ ਤੁਹਾਡੇ ਮੈਨੂੰ ਨਹੀਂ ਲੱਗਦਾ ਹੁਣ ਵਿਸਾਖੀ ਦੀਵਾਲੀਆਂ ਨੂੰ ਪਿੰਡਾਂ 'ਚ ਪਕੌੜੇ ਬਣਦੇ ਹੁਣੇ ਐਨੇ ਮਹਿੰਗੇ ਤੇਲ ਦੇ ਹਿਸਾਬ ਨਾਲ ਹੀ ਯਾਰ ਹੈ ਮੈਂ ਤਾਂ ਸਾਈਕਲ ਤੇ ਰੱਖ ਕੇ ਸ਼ਿਖਪੁਰ ਤੋਂ ਕਢਾ ਲਿਆਉਂਦਾ ਹੁੰਦਾ ਸੀਗਾ ਲਓ ਜੀ 200 ਰੁਪਏ ਦਾ ਡਾਨੀ ਤੇਲ ਵੇਚ ਰਹੇ ਆ ਤੇ ਬਾਕੀ ਤੇ ਕੀ ਦੇ ਕੀ ਦੇ ਤੇ ਕੇਸ ਕਰੂੰਗੇ ਹਨਾ ਨਿਊਯਾਰਕ ਟਾਈਮ ਨੇ ਫੇਰ ਅੱਜ ਤੁਸੀਂ ਦੇਖ ਸਕਦੇ ਹੋ 17 18 ਜੂਨਿਆ ਕੱਲ ਫੇਰ ਅਖਬਾਰ 'ਚ ਨਿਊਯਾਰਕ ਟਾਈਮ ਨੇ ਸ਼ਾਫਤਾ ਤਾਂ ਗੰਗਾ ਸੀ ਰਿਟਰਨਿੰਗ ਦਾ ਡੈਡ ਇਟ ਡਸ ਨਾਟ ਲਾਈ ਕਹਿੰਦਾ ਭਾਵ ਆ ਵੀ ਜਿਹੜੀਆਂ ਗੰਗਾ ਦੇ ਕੋਲ कोरोना ਵਾਲਿਆਂ ਦੀਆਂ ਬਾਡੀਆਂ ਦੱਬੀਆਂ ਸੀਗੀਆਂ ਉਹ ਬਾਹਰ ਆ ਰਹੀਆਂ ਵੀ ਗੰਗਾ ਨਦੀ ਜੋ ਕਿ ਪਵਿੱਤਰ ਨਦੀ ਕਿਹਾ ਜਾਂਦਾ ਗੰਗਾ ਨਦੀ ਝੂਠ ਨਹੀਂ ਬੋਲਣ ਦੇ ਰਹੀ ਸਰਕਾਰਾਂ ਨੂੰ ਜਿਹੜੀਆਂ ਲਾਸ਼ਾਂ ਇਹ ਨਹੀਂ ਲੁਕੋਈਆਂ ਕੀਤਾ ਸਾਰਾ ਕੁਝ ਉਹ ਉੱਤੇ ਆ ਰਹੀਆਂ ਤੁਸੀਂ ਦੇਖ ਸਕਦੇ ਆ ਤੇ 17 ਜੂਨ ਦੀ ਕੱਲ ਦੀ ਇਹ ਨਿਊਜ਼ ਆ ਤੇ ਇਹ ਕੀ ਕਹਿੰਦੇ ਸੀ ਤੇ ਇਹ ਕਹਿੰਦੇ ਸੀ ਕਿ ਗੰਗਾ ਇਹ ਕਹਿੰਦੇ ਸੀ ਨਿਊਯਾਰਕ ਟਾਈਮ ਵਾਲਿਓ ਆ ਆਪਣੇ ਫਰੰਟ ਪੇਜ ਤੇ ਤਸਵੀਰ ਲਾਉਂਗੇ ਸਾਡੀ ਆ ਰਐਸਐਸ ਦੀ ਆ ਰਐਸਐਸ ਵਾਲੇ 마ਸਕ ਦੇ ਰਹੇ ਆ ਤੇ ਤਸਵੀਰ ਖਿਚਾ ਰਹੇ ਆ ਤੇ ਇਹਨਾਂ ਦਾ ਅਸਲੀ ਪੇਜ ਹੈ ਜੀ ਆਰਐਸਐਸ ਦਾ ਮੈਂ ਤਾਂ ਕਿਹਾ ਸੀ ਗੁਰਜਾਲੀ ਕਿਸੇ ਨੇ ਐਵੇਂ ਟੌਂਟ ਟੌਂਚ ਕੀਤਾ ਇਹ ਸੱਚੀ ਆ ਰਐਸਐਸ ਵਾਲੇ ਨਿਊਯਾਰਕ ਟਾਈਮ ਨੂੰ ਟੈਗ ਕਰਕੇ ਕਹਿੰਦੇ ਸਾਡੀ ਤਸਵੀਰ ਲਾਓ ਪਹਿਲੇ ਪੇਜ ਤੇ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆ 마ਸਕ ਦੇ ਰਹੇ ਆ ਜੀ ਬੱਲੇ ਸਦਕੇ ਜਾਵਾਂ ਤੁਹਾਡੀ ਸੇਵਾ ਦੇ ਮਿੱਠੇਓ ਸ਼ੀਰੋ ਤੇ ਸੱਚ ਇੱਕ ਪਹਿਲਾਂ ਆ ਖਬਰ ਤਾਂ ਰਹੀ ਗਈ ਕੈਨੇਡਾ ਨੇ ਇੱਕ ਮਹੀਨਾ ਹੋਰ ਵਧਾ ਦਿੱਤਾ ਜੀ ਨੋਨ ਐਸੈਂਸ਼ੀਅਲ ਇੰਟਰਨੈਸ਼ਨਲ ਟ੍ਰੈਵਲ 21 ਜੁਲਾਈ ਤੱਕ ਕਰਤੀ ਆ ਸੋ 21 ਜੁਲਾਈ ਤੱਕ ਕੈਨੇਡਾ ਚ ਦਾਖਲ ਹੋਣ ਦਾ ਔਖਾ ਹੀ ਆ ਮਿੱਤਰੋ ਦੇਖ ਸਕਦੇ ਹੁਣੇ ਈ ਨਿਊਜ਼ ਆਈ ਆ ਜੀ ਅੱਜ ਤੇ ਦੇਖ ਸਕਦੇ ਆ ਜੀ ਤੇ ਦੱਸ ਦਿਓ ਆਪਣੇ ਯਾਰਾਂ ਮਿੱਤਰਾਂ ਨੂੰ ਜਿਹੜੇ ਵੀ ਸਟਕ ਹੋਏ ਹੋ ਇੰਡੀਆ ਜਾਂ ਕਿਤੇ ਵੀ ਵੀ ਬਾਈ ਜੀ 21 ਜੁਲਾਈ ਤਾਈ ਹੁਣ ਤੁਸੀਂ ਠੰਡੇ ਮਿੱਠੇ ਸ਼ਕੰਜਵੀ ਵਾਲੇ ਪਾਣੀ ਪੀਓ ਘਰ ਬਹਿ ਕੇ ਦੇਖ ਸਕਦੇ ਆ ਜੀ ਤੇ 21 ਜੁਲਾਈ ਕਰਤੀ ਹੈ ਤੇ ਜਿਹੜਾ ਵੀ ਇੱਕ ਗੱਲ ਹੋਰ ਜੇ ਕਿਸੇ ਨੇ ਕੈਨੇਡਾ ਆਉਣਾ ਵੀ ਆ ਵੈਕਸੀਨ ਉਹਦੇ ਦੋਏ ਲੱਗੀਆਂ ਹੋਣੀਆਂ ਚਾਹੀਦੀਆਂ ਤੇ ਲੱਗੀ ਵੀ ਉਹ ਹੋਣੀ ਚਾਹੀਦੀ ਜਿਹੜੀ ਕੈਨੇਡਾ ਚ ਅਪਰੂਵ ਆ ਕਿਉਂਕਿ ਹੁਣ ਇੰਡੀਆ ਚ ਕੋਹ ਵੈਕਸੀਨ ਲੱਗ ਰਹੀ ਹੈ ਜਿਹੜੀ WHO ਨੇ ਅਪਰੂਵ ਨਹੀਂ ਕੀਤੀ ਸੋ ਜੇ ਤੁਹਾਡੇ ਉਹ ਲੱਗ ਵੀ ਗਈ ਆ ਕੈਨੇਡਾ ਵਾਲਿਆਂ ਨੇ ਵੜਨ ਨਹੀਂ ਦੇਣਾ ਇਹ ਨਹੀਂ ਉਹਨਾਂ ਲੋਕਾਂ ਨੂੰ ਕੈਨੇਡਾ ਚ ਵੜਨ ਦੇਣਾ ਜਿਨ੍ਹਾਂ ਦੇ ਦੋ ਵੈਕਸੀਨ ਲੱਗੀਆਂ ਤੇ ਦੋਏ ਕੈਨੇਡਾ ਚ ਅਪਰੂਵ ਹੋਣੀਆਂ ਚਾਹੀਦੀਆਂ ਆ ਹਨਾ ਸ਼ਾਇਦ ਇੰਡੀਆ ਚ ਪਤਾ ਨਹੀਂ ਖਰੇ ਕੋਹ ਵੈਕਸੀਨ ਕਿਹੜੀ ਮਤਲਬ ਉਹ WHO ਲਾਓ ਪ੍ਰੂਵ ਨਹੀਂ ਗਈ ਉਹ ਲਾਈ ਜਾਂਦੇ ਆ ਸੋ ਔਖਾ ਹੋ ਜਾਣਾ ਮਿੱਤਰੋ ਵੈਕਸੀਨ ਲਵਾਓ ਜਿਹੜੀ ਕੈਨੇਡਾ ਲੋ ਪ੍ਰੂਵ ਆ ਤੇ ਜੁਲਾਈ 21 ਤੱਕ ਹੁਣ ਪੀਓ ਠੰਡੀ ਸ਼ਾਰ ਸ਼ਕੰਜਵੀ ਤੇ ਬਾਈ ਆਪਾਂ ਤਾਂ ਕਹਿੰਦੇ ਬਾਰਡਰ ਖੁੱਲਣ ਆਪਾਂ ਤਾਂ ਕਹਿੰਦੇ ਸਾਰੇ ਆਉਣ ਭਰਾਵੋ ਹਨਾ ਹੁਣ ਸਰਕਾਰਾਂ ਅੱਗੇ ਕੀ ਦਾ ਹੱਥ ਵਾਸ ਉਹ ਨਹੀਂ ਵੀ ਦੇਖਣਾ ਸੋ ਹੁਣੇ ਹੀ ਇਹ ਖਬਰ ਆਈ ਆ ਜੀ 21 ਜੁਲਾਈ ਤੱਕ ਨੋਨ ਐਸੈਂਸ਼ੀਅਲ ਟਰੈਵਲ ਇੰਟਰਨੈਸ਼ਨਲ ਉਸ ਚਾ ਮਤਲਬ ਸਾਰੇ ਹੀ ਕੁਸ਼ ਆ ਜਾਂਦਾ 21 ਜੁਲਾਈ ਤੱਕ ਕੈਨੇਡਾ ਚ ਕੋਈ ਆ ਨਹੀਂ ਸਕਦਾ non essential मतलब ਜਿਹੜੀ ਜ਼ਰੂਰੀ ਨਹੀਂ ਕੀ ਹਨਾ ਫਿਰ મતલਬ ਜਿਹੜੀ ਕੋਈ ਖਾਸ મતલਬ ਕੋਈ ਬਹੁល ਹੀ emergeny ਉੱਚ ਥੋੜੀ ਇਹ ਰਹਿਤ ਦੇ ਦਿੰਦੇ ਆ ਤੇ ਬਾਕੀ ਦੇਖ ਸਕਦੇ ਆ ਜੀ ਮੋਦੀ ਨੇ ਇੰਡੀਆ ਦਾ ਕੀ ਹਾਲ ਕਰਤਾ ਪੋਵਰਟੀ ਲਾਈਨ ਹੁੰਦੀ 2 ਡਾਲਰ ਇੱਕ ਦਿਨ ਦੇ મતલਬ 100 ਰੁਪਏ ਦਿਹਾੜੀ ਜਿਨ੍ਹਾਂ ਦੀ ਤੇ મતલਬ ਮਿਡਲ ਇਨਕਮ ਆ ਜਿਹੜਾ ਇਹਨਾਂ ਦਾ મતલਬ ਡਾਟਾ ਹਨਾ ਭਈ 500 ਰੁਪਏ ਦਿਹਾੜੀ ਤੋਂ ਲੈ ਕੇ 1000 ਰੁਪਏ ਦਿਹਾੜੀ ਵਾਲੇ ਹਨਾ ਫਿਰ ਤੁਸੀਂ ਦੇਖ ਸਕਦੇ ਆ ਦੁਨੀਆ 'ਚ ਸਭ ਤੋਂ ਜ਼ਿਆਦਾ ਕਰੋਨਾ ਵੇਲੇ ਗਰੀਬ ਭਾਰਤ ਚ ਹੋਏ ਆ ਉਹ ਚੇਂਜ ਇਨ ਇੰਡੀਆ ਜਿਹੜਾ ਆ ਡਾਰਕ ਆ ਇੰਡੀਆ ਚ ਆ 75 ਮਿਲੀਅਨ ਲੋਕ ਭਾਰਤ ਚ ਗਰੀਬ ਹੋਏ ਆ 75 ਮਿਲੀਅਨ ਦਾ ਬਣ ਗਿਆ ਬਾਈ ਜੀ 70 ਮਿਲੀਅਨ ਦਾ 7 ਕਰੋੜ ਨਹੀਂ 70 ਮਿਲੀਅਨ ਦਾ ਚਾਰੇ ਇੱਕ ਦਾ ਮਿਲੀਅਨਾਂ ਦਾ ਔਖਾ ਆ 10 ਮਿਲੀਅਨ ਦਾ 170 ਮਿਲੀਅਨ ਦਾ ਕਿੰਨੇ ਲੱਖ ਹਿਸਾਬ ਆਪਣਾ ਕਮਜ਼ੋਰੀ ਆ ਜੋ ਵੀ ਆ ਤੇ ਭਾਰਤ ਚ ਸਭ ਤੋਂ ਜ਼ਿਆਦਾ ਗਰੀਬ ਲੋਕ ਹੋਏ ਆ ਜੀ ਕਰੋਨਾ ਵੇਲੇ ਹਾਂ ਮੰਨਦੇ ਆ ਕਰੋਨਾ ਨੇ ਬਹੁਤ ਕਹਿਰ ਕੀਤਾ ਆ ਪਰ ਚਾਈ ਚਾਈਨਾ ਹੋ ਗਿਆ ਹੋਰ ਦੇਸ਼ ਵੀ ਹੋ ਗਏ ਉਹ ਨਹੀਂ ਵਧੀਆ ਤਰੀਕੇ ਨਾਲ ਇਸ ਨੂੰ ਸੁਲਝਾਇਆ ਆ ਇਹ ਤਾਂ ਬਸ ਗੱਪਾਂ ਹੀ ਮਾਰੀ ਗਏ ਸੋ ਦੇਖ ਸਕਦੇ ਆ ਮਿਡਲ ਇਨਕਮ ਵਾਲੇ ਵੀ ਮਤਲਬ ਭਾਰਤ ਚ ਬਹੁਤ ਜ਼ਿਆਦਾ ਲੋਕਾਂ ਨੂੰ ਗਰੀਬੀ ਦੀ ਰੇਖਾ ਚ ਧੱਕ ਦਿੱਤਾ ਮੋਦੀ ਸਰਕਾਰ ਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਕਰੋਨਾ ਨੂੰ ਉਹੋ ਨਹੀਂ ਕੀਤਾ ਹਨਾ ਵੀ ਭਾਰਤ ਦਾ ਸ਼ੇਅਰ ਦੇਖੋ ਵੀ ਸਾਰੇ ਸੰਸਾਰ ਚ ਸ਼ੇਅਰ ਦੇਖੋ 100 ਚੋਂ 60 ਲੋਕ ਭਾਰਤ ਜੀ ਗਰੀਬ ਹੋਏ ਆ ਦੁਨੀਆ ਚ ਸੋ ਬੜਾ ਹੀ ਮਾੜਾ ਹਾਲ ਕਰਤਾ ਬਾਈ ਜੀ ਦੇਸ਼ ਦਾ ਤੇ ਗੱਲਾਂ ਦੇ ਕੜਾਜ ਨੇ ਮਰਜੀ ਬਣਾਈ ਜਾਓ ਹਨਾ ਤੇ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਹੋਰ ਬਾਈ ਜੀ ਮੈਨੂੰ ਕਈ ਕਹਿੰਦੇ ਰਹਿੰਦੇ ਤੂੰ ਪੰਜਾਬੀ ਕੁੜੀਆਂ ਪਿੱਛੇ ਪਿਆ ਰਹਿਂਦਾ ਬਾਈ ਜੀ ਜਿਹੜੀਆਂ ਚੰਗੇ ਕਾਰਜ ਕਰਦੀਆਂ ਸ਼ਲਾਘਾ ਵੀ ਉਹਨਾਂ ਦੀ ਕਰੀ ਦੀ ਆ ਹਨਾ ਜਿਹੜੀਆਂ ਚੰਗੇ ਕਾਰਜ ਕਰਦੀਆਂ ਉਹਨਾਂ ਦੀਆਂ ਤਸਵੀਰਾਂ ਭੇਜਿਆ ਕਰੋ ਮੈਂ ਹੀ ਸ਼ੇਅਰ ਕਰਦਾ ਹੁੰਨਾ ਤੇ ਦੇਖ ਲੈ ਸਕਦੇ ਆ ਜੀ ਸੈਨ ਜੈਕੁਇਨ ਕਾਉਂਟੀ ਆ ਅਮਰੀਕਾ ਚ ਤੇ ਪੰਜਾਬ ਦੀ ਧੀ ਰਾਣੀ ਅਮਨਦੀਪ ਕੌਰ ਉੱਥੇ ਸ਼ੈਰਫ ਬਣੀ ਆ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਤੇ ਮਾਣ ਆ ਇਦਾਂ ਦੀਆਂ ਕੁੜੀਆਂ ਤੇ ਤੇ ਉਹਨਾਂ ਦੇ ਮਾਪਿਆਂ ਤੇ ਹਨਾ ਮਤਲਬ ਬਹੁਤ ਵੱਡੀ ਗੱਲ ਆ ਜੀ ਅਮਰੀਕਾ 'ਚ ਸ਼ੈਰਫ ਬਣਨਾ ਸੋ ਅਮਨਦੀਪ ਕੌਰ ਆ ਜੀ ਇਹਨਾਂ ਦਾ ਨਾਂ ਸੋ ਬਾਈ ਜਿਹੜੇ ਚੰਗੇ ਕਾਰਜ ਕਰਦੀਆਂ ਆਪਾਂ ਹੀ ਤੁਹਾਡੇ ਸਾਹਮਣੇ ਲਿਆਈ ਦਿਆਂ ਆ ਤੇ ਜਿਹੜੀਆਂ ਨੱਚੀ ਜਾਂਦੀਆਂ ਤੇ ਉਹਨਾਂ ਦੇ ਤਾਂ ਬਾਈ ਕੀ ਕਹਿਣੇ ਕੀ ਕਹਿਣੇ ਹੈ ਤੇ ਬਾਕੀ ਸਾਊਦੀ ਅਰਬ ਤੋਂ ਆਪਾਂ ਨੂੰ ਬੜੇ ਭਰਾ ਦੇਖਦੇ ਆ ਇਹ ਜੀ ਪੱਥਰ ਆ ਸਾਊਦੀ ਅਰਬ ਦੇ ਇੱਕ ਸ਼ਹਿਰ 'ਚ ਤੇ ਵਿਗਿਆਨੀਆਂ ਨੂੰ ਅੱਜ ਤੱਕ ਇਹਦਾ ਇਹ ਹੀ ਨਹੀਂ ਪਤਾ ਲੱਗਿਆ ਵੀ ਇਹ ਜਿਹੜਾ ਕੱਟ ਮਾਰਿਆ ਆ ਵੀ ਪੁਰਾਣੇ ਸਮੇਂ 'ਚ ਤਾਂ ਤਕਨੀਕ ਇੰਨੀ ਵਧੀਆ ਹੁੰਦੀ ਨਹੀਂ ਸੀ ਕਿਤੇ ਆ ਕਾੜੇ ਟੂਟੇ ਵੀ ਮਾਰੇ ਹੋਆ ਹਨਾ ਸੋ ਅੱਜ ਤੱਕ ਭੰਬਲ ਪੂਸੇ 'ਚ ਹੀ ਆ 2021 ਚੱਲਦਾ ਪਿਆ ਪਤਾ ਹੀ ਨਹੀਂ ਲੱਗਿਆ ਵੀ ਕਿਹੜਾ ਪਤੰਦਰਾਂ ਵਧੀਆ ਤਰੀਕੇ ਨਾਲ ਇਹਨੂੰ ਟਿਕਾ ਕੇ ਰੱਖ ਗਿਆ ਕੌਣ ਐਨ ਵਧੀਆ ਤਰੀਕੇ ਨਾਲ ਇਹਨੂੰ ਕੱਟ ਕਰ ਗਿਆ ਪੱਥਰ ਨੂੰ ਹਨਾ ਸੋ ਇਹ ਸਾਊਦੀ ਅਰਬੀਆ 'ਚ ਪਿਆ ਆ ਟੂਰਿਸਟ ਅਟਰੈਕਸ਼ਨ ਆ ਤੇ ਬਹੁਤ ਲੋਕ ਇਸ ਨਾਲ ਤਸਵੀਰਾਂ ਖਿਚਾਉਣ ਜਾਂਦੇ ਆ ਤੇ ਟੂਰਿਸਟਿਕ ਸੈਕਸ਼ਨ ਤੋਂ ਚਿੱਤਿਆ ਇੱਥੇ ਬ੍ਰਿਟਿਸ਼ ਕੋਲੰਬੀਆ ਚ 골ਡਨ ਸ਼ਹਿਰ ਹਨਾ 골ਡਨ ਸ਼ਹਿਰ ਚ ਆਪਣੇ ਕੈਨੇਡਾ ਦਾ ਸਭ ਤੋਂ ਉੱਚਾ ਸਸਪੈਂਸ਼ਨ ਬ੍ਰਿਜ ਓਪਨ ਹੋ ਗਿਆ ਆ ਜੋ ਕਿ ਬਹੁਤ ਉਚਾਈ ਤੇ ਆ ਤੇ ਉਹਦੇ ਬਾਰੇ ਵੀ ਦੱਸਾਂਗੇ ਹਨਾ ਕੱਲ ਮੈਂ ਦੇਖਣ ਡਿਆ ਸੀ 7 ਘੰਟੇ ਲੱਗਦੇ ਆ ਯਾਰ ਉੱਥੇ ਜਾਣ ਨੂੰ ਮੇਰਾ ਜੀ ਕੀਤਾ ਸੀ ਉੱਦਾਂ ਦੇਖਣ ਜਾਣ ਨੂੰ ਉਹਨੂੰ ਚਲੋ ਕੋਈ ਨਹੀਂ ਦੇਖਦੇ ਆ ਤੇ ਬਾਕੀ ਬਾਕੀ ਬਾਈ ਜੀ ਅੱਜ ਦੇ ਦਿਨ ਸ਼ਕੁੰਤਲਾ ਦੇਵੀ ਨੇ 1980 ਚ ਬਲ ਰਿਕਾਰਡ ਬਣਾਇਆ ਸੀ ਬਾਈ ਜੀ ਰੈਂਡਮ 13 ਡਿਜੀਟ ਦੇ ਨੰਬਰਾਂ ਨੂੰ 28 ਸੈਕਿੰਡ ਜੀ ਨਹੀਂ ਇਹਨਾਂ ਨੂੰ ਗੁਣਾ ਕੀਤਾ ਸੀ ਮਤਲਬ ਇਹਨੂੰ ਇਹਦੇ ਨਾਲ ਤੇ ਇਹਦਾ ਆਨਸਰ ਆਇਆ ਸੀ ਆ ਇਹਨਾਂ ਨੂੰ ਹਿਊਮਨ ਕੰਪਿਊਟਰ ਕਿਹਾ ਜਾਂਦਾ ਸੋ ਕਹਿੰਦਾ ਭਾਵ ਇਹ ਸਾਡਾ ਸੱਚੀ ਦਿਮਾਗ ਕੰਪਿਊਟਰ ਹੀ ਆ ਇਹ ਮਤਲਬ ਵਰਤਨਾ ਕਿਹੜੇ ਪਾਸੇ ਇਹਨੂੰ ਇਹ ਬੰਦੇ ਬੰਦੇ ਤੇ ਡਿਪੈਂਡ ਆ ਹੁਣ ਮਤਲਬ ਆ ਅੱਖਰਾਂ ਨੂੰ ਇੰਨਾ ਜਿਹਾ ਗੁਣਾ ਕਰਨੀ ਹੋਵੇ ਮੈਨੂੰ ਤਾਂ ਸਾਹਮਣੇ ਦੇਖ ਕੇ ਨਹੀਂ ਗੁਣਾ ਹੁਣੀ ਮੇਤੋ ਦਾ ਭਰਾਵੋ ਮੇਰੇ ਕੋ ਤਾਂ ਕੀ ਕਹਿੰਦੇ ਹੁੰਦੇ ਆ ਯਾਰ ਕੀ ਕਹਿੰਦੇ ਉਹਨੂੰ ਉਹ ਕੈਲਕੂਲੇਟਰ ਤਾਂ ਹੀ ਗਲਤ ਆ ਜਾਣੇ ਆ ਪਰ ਸ਼ਕੁੰਤਲਾ ਦੇਵੀ ਜੋ ਕੋ ਭਾਰਤ ਦੇਸੀ ਨਹੀਂ ਬਲਡ ਕਾਰਡ ਬਣਾਇਆ ਸੀ ਅੱਜ ਦੇ ਦਿਨ 18 ਜੂਨ 80 ਚ ਮਤਲਬ ਬਈ ਬਾਈ ਜੀ ਸੱਚੀ ਇਹ ਹਿਊਮਨ ਕੰਪਿਊਟਰ ਹੀ ਆ ਜੀ ਇਹਨਾਂ ਦੇ ਬਾਰੇ ਤੁਸੀਂ YouTube ਤੇ ਵੀਡੀਓ ਵੀ ਕਈਆਂ ਨੇ ਦੇਖੀ ਹੋਣੀਆਂ ਦੇਖ ਵੀ ਸਕਦੇ ਆ ਤੇ ਬਹੁਤ ਔਖਾ ਕਾਰਜ ਆ ਇਹਨਾਂ ਅੱਖਰਾਂ ਨੂੰ ਇਹਨਾਂ ਅੱਖਰਾਂ ਨਾਲ ਮਲਟੀਪਲਾਈ ਕਰਨਾ ਤੇ ਆਨਸਰ ਹੈ ਜੀ ਤੁਸੀਂ ਦੇਖ ਲਓ ਕਿੱਡਾ ਆ ਤੇ ਇਹਨਾਂ ਆਨਸਰ ਚੇਤੇ ਰੱਖਣਾ ਬਾਈ ਜਣੇ ਖਣੇ ਦੇ ਬਸ ਦੀ ਗੱਲ ਨਹੀਂ ਗਈ ਤੇ ਬਾਕੀ ਹੋਰ ਦਿਖਾਉਣੀਆਂ ਤੁਹਾਨੂੰ ਤਸਵੀਰਾਂ 2-3 ਹੋਰ ਤੇ ਦੋ ਰਹਿ ਗਈਆਂ ਬਸ ਤੇ ਬਾਈ ਮਤਲਬ ਫਾਰਮੂਲਾ 1 ਆਫ ਦਾ ਸਕਾਈਸ ਕਾਰਾਂ ਉਡਣ ਵਾਲੀਆਂ ਪਹਿਲਾਂ ਵੀ ਬਣੀਆਂ 50 60 ਦੇ ਗੇਡ ਚ ਹਨਾ ਇਹ ਕਹਿੰਦੇ ਆ ਜੀ ਇਹ ਜਿਹੜੀ ਸਾਡੀ ਕਾਰ ਇਹ ਉਡਣ ਵਾਲੀ ਆਪਾਂ ਬਣਾਈ ਆ ਇਹਦੀ ਸਪੀਡ ਬਹੁਤ ਆ ਮਤਲਬ ਫਾਰਮੂਲਾ 1 ਜਿਹੜੀਆਂ ਇੱਥੇ ਧਰਤੀ ਤੇ ਚੱਲਦੀਆਂ ਹਨਾ ਉਹਨਾਂ ਦੀ ਸਪੀਡ ਬਹੁਤ ਹੁੰਦੀ 0 ਕਰਕੇ ਨਿਕਲ ਜਾਂਦੀਆਂ ਟਾਇਰ ਵੀ ਪਤੰਦਰ ਦੇ 4 ਸਕਿੰਟ ਚ ਚੇਂਜ ਕਰ ਦਿੰਦੇ ਉਹਨਾਂ ਕਾਰਾਂ ਦੇ ਤੇ ਇਹ ਸਭ ਤੋਂ ਤੇਜ਼ ਉੱਡਣ ਵਾਲੀ ਕਾਰ ਆ ਜੀ 0 ਤੋਂ 62 ਮੀਲ 62 ਮੀਲ ਦਾ 100 ਕਿਲੋਮੀਟਰ 80 90 ਕਿਲੋਮੀਟਰ ਬਣ ਜਾਂਦੇ ਹੁਣੇ ਜਸਟ 2 ਸਕਿੰਟ ਚ 60 ਮੀਲ ਦੀ ਸਪੀਡ ਇਹ ਕਰ ਲੈਂਦੀ ਆ ਉੱਡਣ ਵਾਲੀ ਕਾਰ ਐ ਜੀ ਇਹ ਵੀ ਦੇਖ ਸਕਦੇ ਆ 17 ਜੂਨ ਇਹ ਵੀ ਤਾਜ਼ਾ ਤਾਜ਼ਾ ਆ ਵੈਸੇ ਪੁਰਾਣੇ ਸਮੇਂ ਚ ਉੱਡਣ ਵਾਲੀਆਂ ਕਾਰਾਂ ਜਿਹੜੀਆਂ ਬਣੀਆਂ ਸੀ ਉਹਦੇ ਬਾਰੇ ਵੀ ਤੁਹਾਨੂੰ ਦਿਖਾਉਂਗਾ ਉਹਨਾਂ ਦਾ ਡਿਜ਼ਾਈਨ ਕਿਦਾਂ ਦਾ ਸੀ ਹਨਾ ਸੋ ਦੁਨੀਆ بڑے بڑے ਤਗੜੇ ਮਾਰ ਕੇ ਮਾਰ ਰਹੀ ਐ ਜੀ ਹਨਾ ਤੇ ਗਾਂ ਤਸਵੀਰਾਂ ਰਹਿ ਗਈਆਂ 2 ਸੱਚ ਅਡਾਨੀ ਦੀ ਗੱਲ ਹਾਂ ਅਡਾਨੀ ਦਾ ਭਾਈ ਜੀ ਨੁਕਸਾਨ ਦੇਖੋ ਅਡਾਨੀ ਨੂੰ ਨੁਕਸਾਨ ਹੋਇਆ ਭਾਈ ਜੀ ਪਿਛਲੇ ਬੀਗ ਚ ਹੀ 15 ਅਰਬ ਡਾਲਰ ਦਾ ਤੇ ਤੁਸੀਂ ਜੇ ਸੌਖਾ ਜਿਹਾ حساب ਲਾਉਣਾ ਹੋਵੇ ਇੱਕ ਸੈਕਿੰਡ 'ਚ 32 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਇੱਕ ਸਕਿੰਟ 'ਚ ਹਾਂਜੀ ਸਹੀ ਸੁਣਿਆ ਤੁਸੀਂ ਇੱਕ ਘੰਟੇ 'ਚ ਅਦਾਨੀ ਨੂੰ 1160 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਆ ਹਨਾ ਤੇ ਇੱਕ ਮਿੰਟ 'ਚ 19 ਕਰੋੜ ਰੁਪਏ ਸੋ ਮਤਲਬ ਆ ਕਿਉਂਕਿ ਇਹਦੇ ਸ਼ੇਅਰ ਉਹ ਜਿਹੜੇ ਬਾਹਰਲੇ ਮਤਲਬ ਮਾਰੀ ਸ਼ਸਤੋ ਸੀ ਸ਼ਾਇਦ ਉਹ ਮਤਲਬ ਸਿੱਧੀ ਪੰਜਾਬੀ ਸਮਝਾਇਆ ਜਾਵੇ ਇਹਨੇ ਕਪੜਾ ਕਰਕੇ ਕਮਾਈ ਕੀਤੀ ਸੀ ਹਨਾ ਸੋ ਉਹ ਪਤਾ ਲੱਗਿਆ ਆ ਹੁਣ ਉਸ ਦਾ ਤੇ ਉਸ ਦੇ ਭਾਂਡੇ ਨਿੱਤ ਖੜਕ ਰਹੇ ਆ ਤੁਸੀਂ ਆਪ ਹਿਸਾਬ ਲਾਓ ਇੱਕ ਸਕਿੰਟ 'ਚ 32 ਲੱਖ ਰੁਪਏ ਨੁਕਸਾਨ ਹੋ ਰਿਹਾ 32 ਲੱਖ ਇੱਕ ਸਕਿੰਟ 'ਚ ਬੱਲੇ ਬੱਲੇ ਤੇ ਹਾਂਜੀ ਤਸਵੀਰਾਂ ਰਹਿ ਗਈਆਂ ਦੋ ਤੇ ਆ ਆ ਪਹਿਲਾਂ 2000 ਦੀ ਦਿਖਾਉਣਾ ਪਹਿਲਾਂ ਦੇਖੋ ਜੀ ਚੀਨ ਕਿਦਾਂ ਦੁਨੀਆ 'ਚ ਆਪਣੀ ਤਾਕ ਜਮਾ ਰਿਹਾ ਇਹ ਸੰ 2000 ਦੀ ਤਸਵੀਰ ਆ ਕਿ ਕਿਹੜੇ ਦੇਸ਼ਾਂ ਦੇ ਕਿਹੜੇ ਦੇਸ਼ਾਂ ਦਾ ਕਿਹੜੇ ਦੇਸ਼ਾਂ ਤੇ ਮਤਲਬ ਪ੍ਰਭਾਵ ਸੀ ਹੁਣ ਜਿੱਦਾਂ ਕਹਿੰਦਾ ਮਤਲਬ ਰਸ਼ੀਆ ਦਾ ਭਾਰਤ ਤੇ ਪ੍ਰਭਾਵ ਸੀ ਹਨਾ ਤੇ ਮਤਲਬ ਫਰਾਂਸ ਯੂਕੇ ਦੇ ਤੇ ਜਰਮਨੀ ਦਾ ਅਰਬੀ ਦੇਸ਼ਾਂ ਤੇ ਇੱਧਰ ਆ ਜਾਂਦੇ ਆਪਣੇ ਕੁਵੈਤ ਆ ਸੱਚਾ ਤਾਂ ਯੂਰਪਿਆ ਆ ਤਾਂ ਸੋਰੇਨ ਪੁਰਤਗਾਲ ਆ ਤੇ ਆ ਆ ਗਿਆ ਸਾਊਥ ਅਫਰੀਕਾ ਅਰਬੀ ਦੇਸ਼ ਇੱਧਰ ਆ ਜਾਂਦੇ ਆ ਤੇ ਦੇਖੋ ਰਸ਼ੀਆ ਦਾ ਸੀ ਪ੍ਰਭਾਵ ਇੰਡੀਆ ਤੇ ਤੇ ਚੀਨ ਦਾ ਦੋ ਗ ਦੇਸ਼ਾਂ ਤੇ ਸੀ ਤੇ ਹੁਣ ਤੁਹਾਨੂੰ 220 ਚ ਦਿਖਾਉਣਾ ਬਾਈ ਜੀ ਚੀਨ ਪੂਰੀ ਦੁਨੀਆ ਮੱਲੀ ਬੈਠਾ ਪਤੰਦਰ ਦਾ ਹਨਾ ਆ ਦੇਖੋ ਯਾ ਜੀ ਹੁਣ 220 ਦੀ ਤਸਵੀਰ ਤੇ ਭਾਰਤ ਤੇ ਪ੍ਰਭਾਵ ਕਿਸ ਦਾ ਰਹਿ ਗਿਆ ਭਾਰਤ ਦੇ ਪ੍ਰਭਾਵ ਆ ਜੀ ਅਮਰੀਕਾ ਦਾ ਸੋ ਅਮਰੀਕਾ ਦਾ ਕਿਹਨਾ ਕਿਹਨਾ ਦੇਸ਼ਾਂ ਤੇ ਆ ਅਮਰੀਕਾ ਦਾ ਇੱਧਰ ਆਪਣੇ ਆਗਾ ਆ ਅਰਜਨਟੀਨਾ ਚਿਲੀ ਪੇਰੂ ਬ੍ਰਾਜ਼ੀਲ ਇਹਨਾਂ ਦੇਸ਼ਾਂ ਤੇ ਆ ਤੇ ਅਮਰੀਕਾ ਦਾ ਭਾਰਤ ਦੇ ਪ੍ਰਭਾਵ ਆ ਤੇ ਇੱਧਰੋਂ ਆ ਗਿਆ ਨਿਊਜ਼ੀਲੈਂਡ ਆ ਸੱਚ ਆਸਟ੍ਰੇਲੀਆ ਤੇ ਇੱਧਰੋਂ ਆ ਸਾਊਥ ਅਫਰੀਕਾ ਵਾਲੀ ਕੰਟਰੀ ਆ ਦੇ ਵਿੱਚ ਚਿੜਾ ਜਿਹਾ ਡੱਬਾ ਜੀ ਦਾ ਹਨਾ ਇਹ ਕੰਟਰੀ ਹੈ ਲਿਸੋਥੋ ਇੱਕ ਇਹੀ ਕੰਟਰੀ ਆ ਜੀ ਜਿਹਦੇ ਚਾਰੇ ਪਾਸੇ ਇੱਕੋ ਹੀ ਦੇਸ਼ ਪੈਂਦਾ ਸੋ ਸਾਊਥ ਅਫਰੀਕਾ ਦੇ ਵਿੱਚ ਇੱਕ ਹੋਰ ਦੇਸ਼ ਆ ਲਿਸੋਥੋ ਆ ਦੇਖੋ ਜਿਹੜਾ ਨੀਲਾ ਨਹੀਂ ਹਨਾ ਸੋ ਦੇਖ ਸਕਦੇ ਆ ਜੀ ਇਸ ਵੇਲੇ ਰਸ਼ੀਆ ਪਤੰਦਰ ਦਾ ਸੱਚ ਚਾਈਨਾ ਚਾਈਨਾ ਦੇਖ ਸਕਦੇ ਆ ਜੀ ਆ ਆਪਣਾ ਚਾਈਨਾ ਦਾ ਪ੍ਰਭਾਵ ਆ ਪਾਕਿਸਤਾਨ ਦਾ ਨਕਸ਼ਾ ਪਾਕਿਸਤਾਨ ਤੇ ਵੀ ਆ ਹਨਾ ਤੇ ਅਫਗਾਨਿਸਤਾਨ ਨੂੰ ਛੱਡ ਕੇ ਫਿਰ ਇੱਧਰ ਹਨਾ ਤੇ ਫਿਰ ਇੱਧਰ ਸਾਰੇ ਹੀ ਅਫਰੀਕਾ ਦੇ ਗਰੀਬ ਦੇਸ਼ਾਂ ਤੇ ਚਾਈਨਾ ਹੀ ਮੱਲੀ ਬੈਠਾ ਆ ਸੋ ਏ ਸੀ ਵੀ ਵੱਡੇ ਦੇਸ਼ਾਂ ਦਾ ਛੋਟੇ ਦੇਸ਼ਾਂ ਤੇ ਪ੍ਰਭਾਵ ਦਾ ਹਨਾ ਮੈਪ 220 ਦਾ ਇਹ ਆ ਸੋ ਇਹ ਹਸਾਬ ਕਿਤਾਬ ਆ ਤੇ ਬਾਕੀ ਤਸਵੀਰ ਰਹਿ ਗਈ ਇੱਕ ਹੋਰ ਤੇ ਮਿੱਤਰੋ ਹੁਣ ਤੋਂ ਰੇਡੀਓ ਤੇ 30 ਮਿੰਟ ਬਾਅਦ ਮੈਂ ਬੱਸ ਚੱਲਾਂ ਤੇ ਆਪਣਾ ਭਾਈ ਆ ਜੀ ਵੀਰਜੀਤ ਸੁਖਾ ਅਮਰੀਕਾ ਤੋਂ ਉਸ ਨਾਲ ਅਕਾਲ ਤੇ ਆਪਾਂ ਗੱਲਾਂ ਕਰਨੀਆਂ ਆ ਤੇ ਤੁਸੀਂ ਵੀ ਆਪਣਾ ਕੋਈ ਸਵਾਲ ਪੁੱਛ ਸਕਦੇ ਆ ਹਨਾ ਜਿੱਦਾਂ ਵੀ ਸਿੱਧੂ ਬਾਈ ਦਾ ਵੀ ਆਪਣਾ ਮੁੱਦਾ ਰੱਖਿਆ ਉਹਦੇ ਬਾਰੇ ਵੀ ਹੁਣ ਕਲੈਰੀਫਾਈ ਕਰਨਾ ਤੇ 20 ਮਿੰਟ ਤੱਕ ਜੀ ਮਿਲਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਇੰਦੀ ਰੇਡੀਓ ਡਾਊਨਲੋਡ ਕਰ ਲਓ ਬਿਨਾ ਸਪੇਸ ਤੋਂ Android ਤੇ Apple ਤੇ ਤੇ ਆ ਵਾਲਾ ਆਪਣਾ ਨੰਬਰ ਆ ਤੇ ਮਿਲਦੇ ਆ ਜੀ ਵੀਰ ਜੀ ਸੁਖੇ ਨਾਲ ਬਾਈ ਨਾਲ 30 ਮਿੰਟ ਤੱਕ ਬੱਸ ਮੈਂ ਚੱਲਾਂ ਹੁਣ ਹਨਾ ਤੇ ਅੱਧੇ ਘੰਟੇ ਤੱਕ ਆਪਾਂ ਆ ਜਾਣਾ ਲਾਈਵ ਰੇਡੀਓ ਤੇ ਤੇ ਬਾਕੀ ਭਰਾਵੋ ਜਾਂਦੇ ਆਨੇ ਤੁਹਾਨੂੰ ਸਭ ਨੂੰ ਪਤਾ ਹੀ ਆ ਕਰਦੇ ਜਿਹੜੇ ਵੀ ਕਰਦੇ ਆ ਉਹਨਾਂ ਦਾ ਧੰਨਵਾਦ www.indireadio.ca ਆਪਣੇ ਤੁਸੀਂ ਸਰਚ ਵਿੱਚ ਭਰ ਕੇ ਦੋ ਐਡਾਂ ਆਉਂਦੀਆਂ ਆ ਇੱਕ ਰੇਡੀਓ ਦੇ ਸਿਰੇ ਤੇ 바ਰਬੀਕਿਊ ਦੀ ਮਨਤਾ ਦਿੰਦੇ ਰਹਿੰਦੇ ਆ ਇੱਕ ਆਹ ਹਨਾ ਤੇ ਮਤਲਬ ਤੁਹਾਡੀ ਲੋਕੇਸ਼ਨ ਤੇ ਡਿਪੈਂਡ ਹੈ ਤੁਹਾਨੂੰ ਬੱਸ ਦੀ ਕਾਰ ਦੀ ਫਰਨੀਚਰ ਦੀ ਕਾਸੇ ਦੀ ਵੀ ਐਡ ਆ ਸਕਦੀ ਭਈ ਇਹੀ ਨਾਲ ਲੱਭੀ ਚਲਿਓ ਵੀ ਆਪਾਂ ਵੀ ਭਰਾਵੋ ਚਿਕਨ ਨਾਲ ਲੱਭੀਏ ਚਿਕਨ ਦੀ ਐਡ ਆਈ ਸੀ ਹਿੰਦੀ ਨੂੰ ਹਨਾ ਜਿਹੜੇ ਵੈਜੀਟੇਰੀਅਨ ਵੀ ਆ ਮੰਨ ਲਓ ਜੇ ਚਿਕਨ ਦੀ ਐਡ ਆ ਗਈ ਤੁਸੀਂ ਕਿਹੜਾ ਭਰਾਵੋ ਖਰੀਦਣ ਚੱਲੇ ਆ ਕਲਿੱਕ ਕਰਕੇ ਮੁੜੇ ਹੋਣਾ ਬਸ ਇਦਾਂ ਹਨਾ ਤੇ ਇਹ ਤੁਹਾਡੇ ਏਰੀਆ ਤੇ ਡਿਪੈਂਡ ਆ ਕਿਸੇ ਨੂੰ ਕਾਸੇ ਦੀ ਐਡ ਆਉਣੀ ਆ ਕਿਸੇ ਨੂੰ ਕਾਸੇ ਦੀ ਇੰਡੀਆ ਚ ਕਈਆਂ ਨੂੰ ਰਿਲਾਇੰਸ ਦੀ ਵੀ ਆ ਜਾਂਦੀ ਆ ਤੁਸੀਂ ਪ੍ਰੋਡਕਟ ਨਹੀਂ ਖਰੀਦਣਾ ਭਰਾਵੋ ਦੇਖ ਕੇ ਹੀ ਮੁੜੇ ਹੋਣਾ ਦੇਖੋ ਆ ਦੇ ਵੇਚਣ ਦੇ ਆ ਨਾ ਵੀ ਚਿਕਨ ਬਣਾਉਣ ਵਾਲੇ ਬਾਹਰ ਵੀ ਕਿਉਂ ਜਿਨ੍ਹਾਂ ਚ ਚਿਕਨ ਬਣਾਉਂਦੇ ਆ ਆਪਾਂ ਕਿਹੜਾ ਲੈਣ ਚੱਲੇ ਆ ਉਹ ਗੋਰੀ ਕਹਿੰਦੀ ਕਰ ਲੋ ਗੱਲਬਾਤ ਸਾਡੇ ਨਾਲ ਬੇਲੇ ਨਹੀਂ ਰੇਡੀਓ ਤੇ ਜਾਣਾ ਆਪਾਂ ਦਾਮ ਹੈ ਨਹੀਂਗਾ ਹੁਣ ਟੈਕਸਟ ਕਰਨ ਨੂੰ ਤੈਨੂੰ ਬਿੱਲੇ ਨਹੀਂ ਆਪਾਂ ਚੰਗਾ ਜੀ ਤੇ ਇਦਾਂ ਦੇਖ ਕੇ ਬਸ ਬੈਗ ਚੱਲ ਜਾਣਾ ਦਿਹਾੜੀ 'ਚ 5 ਤੋਂ 7 ਵਾਰੀ ਤੁਸੀਂ ਕਰ ਸਕਦੇ ਆ ਹਨਾ ਤੇ ਇਦਾਂ ਦੀ ਰੇਡੀਓ ਤੇ ਫੇਰ ਵਾਪਸ ਆ ਗਏ ਹਨਾ ਤੇ ਕਰ ਦਿਆ ਕਰੋ ਜੀ ਤੇ ਮਿਲਦੇ ਆ ਰੇਡੀਓ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਲਿੰਕ ਪਾ ਦੇਣਾ ਸ਼ੇਅਰ ਕਰ ਦਿਓ ਜੀ ਕਲਿੱਕ ਕਰਨਾ ਨਾ ਭੁੱਲਿਓ ਧੰਨਵਾਦ ਮਿਲਦੇ 30 ਮਿੰਟ ਤੱਕ ਰੇਡੀਓ